ਨਸ਼ਿਆਂ ਕਰਕੇ ਕਾਫੀ ਜਵਾਨ ਮੌਤਾਂ ਸਾਡੀ ਕਮਿਊਨਿਟੀ 'ਚ ਹੋਈਆਂ, ਚਾਹੇ ਉਹ ਨਸ਼ੇ ਦਾ ਸੇਵਨ ਹੈ ਜਾਂ ਗੈਂਗ ਵਾਰ ਹੈ ਜਿਹਦੇ 'ਚ ਨਸ਼ਿਆਂ ਦੀ ਟ੍ਰੇਨਿੰਗ ਹੁੰਦੀ ਹੈ। ਬੜਾ ਦੁਖਾਂਤ ਹੈ, ਇੰਨੀਆਂ ਜਵਾਨ ਮੌਤਾਂ ਹੋਈਆਂ ਕਿ ਪਰਿਵਾਰ ਟੁੱਟ ਜਾਂਦਾ ਹੈ। ਅੱਜ ਸਾਡੇ ਨਾਲ ਸਾਡੇ ਸ਼ੋਅ ਦੇ ਵਿੱਚ ਡਾਕਟਰ ਅਵੀ ਔਲਖ, ਜਿਹੜੇ ਕਿ ਸਾਈਕੈਟ੍ਰਿਸਟ ਨੇ, ਇਹਦੇ ਨਾਲ ਨਾਲ ਜਿਹੜੇ ਐਡਮਿੰਟਨ ਤੋਂ ਅਲਬਰਟਾ ਹੈਲਥ ਸਰਵਿਸਿਜ਼ ਨੇ ਇੰਚਾਰਜ ਬਣਾਇਆ ਤਾ ਇਹਨਾਂ ਨੂੰ ਅਫੀਮੀ ਨਸ਼ਿਆਂ 'ਤੇ ਜਿਹੜਾ ਕੰਮ ਕਰ ਰਹੇ ਨੇ, ਔਰ ਜੋ ਨਸ਼ਿਆਂ ਦਾ ਸੇਵਨ ਹੈ, ਜੋ ਨੁਕਸਾਨ ਹੋ ਰਿਹਾ, ਭਾਈਚਾਰਾ ਬਿਲਕੁਲ ਜਾਣਦਾ ਕਿ ਜੋ ਵੀ ਹੋ ਰਿਹਾ ਐਜ਼ ਔਨ ਟੂਡੇ, ਅਤੇ ਅਸੀਂ ਸੋਚਿਆ ਕਿ ਕਿਉਂ ਨਾ ਇਹਨਾਂ ਦੀ ਜ਼ੁਬਾਨੀ ਰਿਐਲਿਟੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਧੰਨਵਾਦ ਜਸ਼ਪਾਲ ਸ਼ਰਮਾ ਜੀ, ਅਤੇ ਸਾਰੇ ਹੀ ਸਰੋਤਿਆਂ ਨੂੰ ਆਪਣਾ ਜਿਹੜੇ ਹਾਰਮੋਨੀ ਟੀ ਵੀ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਤੁਸੀਂ ਬੜਾ ਲਾਹੇਵੰਦ ਕੰਮ ਕਰ ਰਹੇ ਹੋ, ਜਵਾਨ ਮੌਤਾਂ ਤੁਹਾਨੂੰ ਵੀ ਪਤਾ ਕਿਉਂ ਹੋ ਰਹੀ ਹੈ, ਔਰ ਇਹ ਸਾਰੀ ਗੱਲ ਨੂੰ ਦੇਖਦੇ ਹੋਏ ਜੇ ਨਸ਼ਿਆਂ ਨੂੰ ਠੱਲ ਪਾਉਣੀ ਹੈ ਉਹਦੇ ਲਈ ਪਹਿਲੇ ਤਾਂ ਸਾਨੂੰ ਇਹ ਦੱਸੋ ਕਿ ਇਹਦੇ ਗਰਾਸ ਰੂਟ 'ਤੇ ਕੀ ਕਹਾਣੀ ਹੈ ਔਰ ਤੁਸੀਂ ਕਿੱਦਾਂ ਮਦਦ ਕਰ ਰਹੇ ਹੋ? ਦੇਖੋ, ਇਹ ਆਪਣਾ ਜਿਹੜਾ ਮੁੱਦਾ ਨਸ਼ਿਆਂ ਦਾ ਉਹ ਇਕੱਲੀ ਆਪਣੀ ਕਮਿਊਨਿਟੀ ਨੂੰ ਨਹੀਂ, ਹੁਣ ਆਪਣਾ ਕੈਨੇਡਾ ਦੇ ਵਿੱਚ ਪੂਰੀ ਆਲਮੋਸਟ ਐਮਰਜੈਂਸੀ ਟਾਈਪ ਸਿਨਾਰੀਓ ਬਣਿਆ ਹੋਇਆ। ਜਿਹੜਾ ਪਿਛਲੇ ਸਾਲ ਕੈਨੇਡਾ ਦੇ ਵਿੱਚ ਹਰ 2 ਘੰਟਿਆਂ ਬਾਅਦ ਇੱਕ ਮੌਤ ਹੋ ਰਹੀ ਸੀ, ਆਪਣੇ ਅਲਬਰਟਾ ਦੇ ਵਿੱਚ 1 ਦਿਨ 'ਚ 2 ਮੌਤਾਂ ਹੋ ਰਹੀਆਂ ਨੇ, ਜਿਹੜਾ ਕਿ ਸਿਰਫ ਨਸ਼ਿਆਂ ਕਰਕੇ, ਨਸ਼ਿਆਂ 'ਚ ਵੀ ਇੱਕੋ ਹੀ ਨਸ਼ੇ ਕਰਕੇ, ਫੈਂਟਨਲ ਕਰਕੇ ਆਪਣਾ ਜਿਹੜੀਆਂ ਮੌਤਾਂ ਹੋ ਰਹੀਆਂ ਨੇ। ਤਾਂ ਜਦੋਂ ਆਪਣਾ ਇਹਦਾ ਸਲਿਊਸ਼ਨ ਹੁਣ ਲੱਭਦੇ ਹਾਂ, ਕੋਈ ਸਲਿਊਸ਼ਨ ਵੀ ਬਹੁ ਪੱਖੀ ਆਪਾਂ ਨੂੰ ਉਹ ਮੁਹਿੰਮ ਚਲਾਉਣੀ ਪੈਂਦੀ ਹੈ। ਸਲਿਊਸ਼ਨ ਆਪਣਾ ਪਹਿਲਾਂ ਆਪਾਂ ਬੱਚਿਆਂ ਨੂੰ ਜਿਹੜਾ ਐਜੂਕੇਟ ਕਰੀਏ ਆਪਣਾ, ਵੀ ਉਹ ਤਾਂ ਕਿ ਨਸ਼ਿਆਂ ਨੂੰ ਲੱਗਣੀ ਨਾ ਆਪਣਾ। ਜਦੋਂ ਜੇ ਉਹ ਕੋਈ ਬੰਦਾ ਲੱਗ ਗਿਆ ਤਾਂ ਸਟਰਗਲ ਚੱਲ ਰਹੀ ਹੈ, ਤਾਂ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਜਿਹੜੀ ਉਹਨੂੰ ਪ੍ਰੋਪਰ ਜਿਹੜੀ ਸਪੋਰਟ ਆ ਉਹ ਦਿੱਤੀ ਜਾਵੇ, ਪ੍ਰੋਪਰ ਟ੍ਰੀਟਮੈਂਟ ਆ ਟ੍ਰੀਟਮੈਂਟ ਦਿੱਤੀ ਜਾਵੇ, ਜਿੱਥੇ ਸਾਡਾ ਰੋਲ ਆਉਂਦਾ। ਟ੍ਰੀਟਮੈਂਟਾਂ ਇਹਨਾਂ ਦੀਆਂ ਬਹੁਤ ਕਾਰਗਰ ਟ੍ਰੀਟਮੈਂਟਾਂ ਅਵੇਲੇਬਲ ਨੇ, ਈਜ਼ਲੀ ਅਵੇਲੇਬਲ ਨੇ, ਅਤੇ ਗੌਰਮੈਂਟ ਵੱਲੋਂ ਫਰੀ ਅਵੇਲੇਬਲ ਨੇ ਆਪਣਾ, ਠੀਕ ਹੈ। ਅਤੇ ਉਹ ਆ ਜਿਹੜਾ ਹੈਗਾ, ਜੇ ਆਪਣਾ ਉਹ ਆਪਣਾ ਕੋਈ ਸਟਰਗਲ ਆ, ਕੋਈ ਚੈਲੇਂਜਸ ਆ ਉਹਦੇ ਸਕਸੈਸਫੁਲ ਹੋਣ ਦੇ, ਕਾਮਯਾਬ ਦੇ ਵਿੱਚ, ਉਹਦੇ ਵਿੱਚ ਕਈ ਵਾਰ ਸੋਸ਼ਲ ਏਜੰਸੀਆਂ ਦਾ ਰੋਲ ਵੀ ਆ, ਉਹਦੇ ਵਿੱਚ ਲੈਜਿਸਲੇਸ਼ਨ ਦਾ ਵੀ ਰੋਲ ਆ। ਜੇ ਹੁਣ ਕੋਈ ਡੀਲਰ ਨੇ ਕੋਈ ਡੀਲ ਕਰ ਰਹੇ ਨੇ ਜਾਂ ਕੋਈ ਹੋਰ, ਉਹਨਾਂ ਦੇ ਪ੍ਰਤੀ ਕੀ ਆਪਣਾ ਲੋਜ਼ ਬਣਾਏ ਜਾਣ, ਕਈ ਸੰਵਿਧਾਨ ਦੇ ਵਿੱਚ ਚੇਂਜ ਕੀਤੀ ਜਾਵੇ, ਤਾਂ ਇਹਦੇ ਵਿੱਚ ਕਰ ਕਰਾ ਕੇ ਆਪਣਾ ਇਕੱਲੇ ਮੈਡੀਕਲ ਦਾ ਹੀ ਨਹੀਂ ਰੋਲ, ਇਹਦੇ ਵਿੱਚ ਸੋਸ਼ਲ ਏਜੰਸੀਆਂ ਦਾ ਰੋਲ ਵੀ ਆ, ਲੋਅ ਦਾ ਵੀ ਰੋਲ ਆ, ਆਪਣਾ ਕਮਿਊਨਿਟੀ ਦਾ ਵੀ ਰੋਲ ਆ, ਅਤੇ ਸਮਾਜ ਸੇਵੀ ਸੰਸਥਾ ਦਾ ਵੀ ਰੋਲ ਆ। ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ, ਪਹਿਲੇ ਮੈਨੂੰ ਇਹੀ ਦੱਸੋ ਕਿ ਸਾਡੇ ਜਿਹੜੇ ਜਵਾਨ ਬੱਚੇ ਆ, ਹਾਂਜੀ, ਕੀ ਚੀਜ਼ ਅਲੋਰ ਕਰਦੀ ਆ ਉਹਨਾਂ ਨੂੰ ਜੋ ਨਸ਼ੇ ਵੱਲ ਅਟਰੈਕਟ ਹੁੰਦੀ ਆ? ਦੇਖੋ ਜੀ, ਜਿਹੜਾ ਹੈਗਾ ਇਹਦੇ ਕਾਰਨ ਕਈ ਹੋ ਸਕਦੇ ਨੇ। ਇੱਕ ਤਾਂ ਜਿਹੜਾ ਜੈਨੈਟਿਕਸ ਆ ਆਪਣਾ ਜਿਹੜਾ ਹੈਗਾ, ਜੈਨੈਟਿਕਸ, ਜੇ ਕੋਈ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਨਸ਼ੇ ਦੀ ਲੱਤ ਸੀ ਤਾਂ ਤੁਹਾਡਾ ਰਿਸਕ ਜ਼ਿਆਦਾ ਹੋ ਜਾਂਦਾ। ਉਹ ਜਿਵੇਂ ਸੇਮ ਹੀ ਉਦਾਹਰਣ ਆ, ਕੋਈ ਡਾਇਬਟੀਜ਼ ਆ ਜੇ ਕਿਸੇ ਨੂੰ ਪਰਿਵਾਰ ਦੇ ਵਿੱਚ, ਤਾਂ ਤੁਹਾਡਾ ਚਾਂਸਿਸ ਜ਼ਿਆਦਾ ਹੋ ਗਿਆ। ਫਿਰ ਐਕਸੈਸ ਆਪਣਾ ਨਸ਼ਿਆਂ ਦਾ, ਜੇ ਹੁਣ ਤੁਸੀਂ ਆਪਣਾ ਕੋਈ ਆਲੇ ਦੁਆਲੇ ਤੁਹਾਡੇ 4 ਬੰਦੇ ਯੂਜ਼ ਕਰ ਰਹੇ ਨੇ, ਔਫਰ ਕਰ ਰਹੇ ਨੇ, ਤਾਂ ਤੁਹਾਡੇ ਲੱਗਣ ਦੇ ਚਾਂਸਿਸ ਜ਼ਿਆਦਾ ਨੇ ਆਪਣਾ। ਕੋਈ ਕਈ ਵਾਰ ਮਾਨਸਿਕ ਤਣਾਅ ਹੁੰਦਾ, ਜਿਹੜੇ ਮਾਨਸਿਕ ਪਰੇਸ਼ਾਨੀ ਆ, ਕੋਈ ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ, ਕੋਈ ਐਨਜ਼ਾਇਟੀ ਦੀ ਆ, ਉਹ ਵੀ ਕਾਰਨ ਹੋ ਸਕਦਾ ਆਪਣਾ ਜਿਹੜਾ ਹੈ। ਕਈ ਵਾਰ ਆਪਣਾ ਨਸ਼ੇ ਇਸ ਤਰ੍ਹਾਂ ਦਾ ਵੀ ਉਹਨਾਂ ਦੇ ਕੋਈ ਹੋਰ ਕੋਈ ਰਿਸਕ ਫੈਕਟਰ ਨਹੀਂ ਹੈਗੇ, ਕੋਈ ਜੈਨੈਟਿਕਸ ਨਹੀਂ ਹੈਗਾ, ਕੋਈ ਹੋਰ ਨਹੀਂ ਹੈਗਾ, ਪਰ ਉਹਨਾਂ ਨੇ ਨਸ਼ਾ ਇੰਨਾ ਉਹ ਟਰਾਈ ਕੀਤਾ ਅਤੇ ਨਸ਼ੇ ਇੰਨੇ ਸਟਰੋਂਗ ਨੇ ਵੀ 1-2 ਵਾਰ ਲਾਉਣ ਨਾਲ ਹੀ ਉਹਦੀ ਉਹਨਾਂ ਦੀ ਜਿਹੜੀ ਡਿਪੈਂਡੈਂਸ ਆ ਬਹੁਤ ਜ਼ਿਆਦਾ ਹੋ ਜਾਂਦੀ, ਉਦੋਂ ਬਾਅਦ ਛੱਡਣੇ ਔਖੇ ਹੋ ਜਾਂਦੇ ਨੇ। ਠੀਕ ਹੈ, ਅਤੇ ਤੁਸੀਂ ਦੇਖੋ ਬਿਲ ਬੱਤੀਆਂ ਨੇ ਖਾਧੇ ਪਏ ਸਾਡੇ ਪਰਿਵਾਰ, ਕੀ ਤੁਸੀਂ ਸੋਚਦੇ ਹੋ ਕਿ ਪੇਰੈਂਟਸ ਜਿਹੜੇ ਹੈ ਬਿਲ ਬੱਤੀਆਂ ਖਾਤਰ ਭੱਜ ਨੱਠ ਕਰ ਰਹੇ ਹੈ, ਜਾਂ ਡਾਲਰਾਂ ਦੀ ਝਲਕ ਜਿਹੜੀ ਹੈ ਉਹਨਾਂ ਨੂੰ ਖਿੱਚਦੀ ਹੈ ਉੱਧਰ, ਉਹਦੇ ਕਰਕੇ ਵੀ ਆਫਟਰ ਇਫੈਕਟ ਪਰਿਵਾਰ 'ਤੇ ਪੈਂਦਾ? ਦੇਖੋ, ਇਹ ਡੈਫੀਨੇਟਲੀ ਆਪਣਾ ਇੱਕ ਕਾਰਨ ਹੈਗਾ, ਕਿਉਂਕਿ ਜਦੋਂ ਆਪਾਂ ਬੱਚਿਆਂ ਪ੍ਰਤੀ ਟਾਈਮ ਨਹੀਂ ਦੇ ਪਾਉਂਦੇ ਤਾਂ ਆਪਣਾ ਉਹ ਤਾਂ ਇੱਕ ਤਾਂ ਧਿਆਨ ਨਹੀਂ ਰੱਖ ਸਕਦੇ, ਠੀਕ ਹੈ, ਇੱਕ ਉਹਨਾਂ ਦੀ ਕੋਈ ਆਪਣਾ ਜਿਹੜਾ ਕੋਈ ਸੰਗਤ ਆ ਉਹ ਅਸਰ ਪਾ ਸਕਦੀ ਆ, ਉਹਨਾਂ ਦੇ ਇਮੋਸ਼ਨ ਸਟਰਗਲ ਕਰ ਰਹੇ ਨੇ, ਕੋਈ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਬੱਚੇ ਕਿਸ ਤਰ੍ਹਾਂ ਦੀ ਸਟਰਗਲ ਕਰ ਰਹੇ ਜਦੋਂ ਤੱਕ ਆਪਾਂ ਬੈਠਦੇ ਨਹੀਂ ਹੈਗੇ ਨਾ। ਇਹ ਤਾਂ ਆ ਗਿਆ ਬੱਚਿਆਂ ਦਾ। ਈਵਨ ਜਿਹੜੀਆਂ ਆਪਣਾ ਫਸਟ ਜਨਰੇਸ਼ਨ ਇਮੀਗ੍ਰੈਂਟ ਨੇ, ਮੇਰੇ ਬਹੁਤ ਪੇਸ਼ੈਂਟ ਨੇ ਜਿਹੜੇ ਫਸਟ ਜਨਰੇਸ਼ਨ ਇਮੀਗ੍ਰੈਂਟ ਨੇ, ਉਹ ਆਪਣਾ ਉਹ ਕੋਈ ਇੱਥੇ ਸਕੂਲ ਹੀ ਨਹੀਂ ਗਏ ਹੈਗੇ, ਉਹ ਇੱਥੇ ਪਹਿਲੀ ਵਾਰ ਲੱਗੇ ਨੇ, ਐਕਚੁਲੀ ਉਹਨਾਂ ਨੇ ਕਦੇ ਪੰਜਾਬ 'ਚੋਂ ਨਹੀਂ ਲਾਇਆ, ਉਹ ਲਾਉਣ ਲੱਗੇ ਨੇ ਕਿਉਂਕਿ ਕੰਮ ਜ਼ਿਆਦਾ ਹਾਰਡ ਕਰਦੇ ਨੇ, ਐਕਸਟਰਾ ਕਰਦੇ ਨੇ, ਫਿਰ ਉਹਨਾਂ ਨੂੰ ਇਹ ਹੁੰਦਾ ਵੀ ਸ਼ਾਇਦ ਨਸ਼ਾ ਲਾ ਕੇ ਕੰਮ ਜ਼ਿਆਦਾ ਕਰ ਲਾਂਗੇ, ਅਸੀਂ ਡਾਲਰ ਥੋੜ੍ਹੇ ਜ਼ਿਆਦਾ ਕਮਾ ਲਾਂਗੇ। ਉਹ ਸ਼ੋਰਟ ਟਰਮ ਦੇ ਵਿੱਚ ਤਾਂ ਸ਼ਾਇਦ ਲਾਹੇਵੰਦ ਹੋ ਜਾਂਦਾ ਹੋਣਾ, ਪਰ ਜਦੋਂ ਉਹ ਨਸ਼ਾ ਵੱਧਦਾ ਜਾਂਦਾ, ਉਹਦੀ ਪੂਰਤੀ ਉਹ ਨਹੀਂ
ਹੋ ਪਾ ਰਹੀ ਉਹ ਐਕਚੁਅਲੀ ਤੁਹਾਡਾ ਹੋਰ ਚੀਜ਼ਾਂ 'ਚ ਵੀ ਵਿਘਨ ਪਾਉਂਦਾ ਅਤੇ ਪਲੱਸ ਜ਼ਿੰਦਗੀ ਨਾਲ ਤੁਸੀਂ ਰਿਸਕ ਲਈ ਰਹੇ ਹੋ। ਕਈ ਐਗਜ਼ਾਮਪਲ ਮੇਰੇ ਕੋਲ ਡਾਕਟਰ ਸਾਹਿਬ ਆਈ ਹੈ ਕਿ ਉਹ ਆਪਣੇ ਫੈਮਿਲੀ ਫਿਜ਼ੀਸ਼ੀਅਨ ਨੂੰ ਧੱਕੇ ਨਾਲ ਕਹਿੰਦੇ ਕਿ ਟਾਈਨਲੋ 3 ਲਿਖ ਕੇ ਦੇ ਤੂੰ ਸਾਨੂੰ, ਉਹ ਟਾਈਨਲੋ 3 ਲੈ ਕੇ ਟਰਾਂਸਪੋਰਟੇਸ਼ਨ ਇੰਡਸਟਰੀ, ਚਾਹੇ ਉਹ ਟਰੱਕਿੰਗ ਹੈ ਚਾਹੇ ਉਹ ਕੈਬ ਹੈ, ਮੋਸਟ ਆਫ ਦ ਜਿਹੜੇ ਡਰਾਈਵਰਸ ਹੈਗੇ ਉਹ ਟਾਈਨਲੋ 3 ਤੇ ਲੱਗ ਗਏ ਹੈ ਔਰ ਰੈਗੂਲਰ ਸੇਵਨ ਕਰਦੇ ਹੈ, ਇਹਦਾ ਕੀ ਅਸਰ ਹੈ ਉਹਨਾਂ ਦੀ ਸਿਹਤ 'ਤੇ ਔਰ ਉਹਨਾਂ ਦੇ ਬਿਜ਼ਨਸ 'ਤੇ? ਦੇਖੋ ਜਿਹੜਾ ਅਡਿਕਸ਼ਨ, ਜਦੋਂ ਆਪਾਂ ਨਸ਼ੇ ਦੀ ਗੱਲ ਕਰਦੇ ਹਾਂ, ਇੱਕ ਤਾਂ ਜਦੋਂ ਬੰਦਾ ਨਸ਼ਾ ਰੈਗੂਲਰਲੀ ਲੈ ਰਿਹਾ, ਜਦੋਂ ਵੀ ਬੰਦ ਕਰਦਾ ਤਾਂ ਉਹਨੂੰ ਵਿਦਰੋਲ ਹੁੰਦੀ ਆ। ਵਿਦਰੋਲ ਆਪਣਾ ਹਰ ਇੱਕ ਨਸ਼ੇ ਦੀ ਡਿਫਰੈਂਟ ਲੱਛਣ ਹੁੰਦੇ ਨੇ, ਉਹ ਆਪਣਾ ਉਹ ਤੋਂ ਬਰਦਾਸ਼ਤ ਨਹੀਂ ਹੁੰਦੀ ਹੈਗੀ, ਉਹਨੂੰ ਲੱਗਦਾ ਵੀ ਮਰ ਜਾਣਾ ਹੁਣ ਕਿਸੇ ਉਹ ਤੋਂ ਫੋਕਸ ਨਹੀਂ ਹੋ ਰਿਹਾ। ਇੱਕ ਜਦੋਂ ਐਕਟਿਵਲੀ ਕਰ ਰਿਹਾ ਹੁੰਦਾ ਨਸ਼ਾ, ਉਹ ਜਾਂ ਤਾਂ ਨਸ਼ੇ ਬਾਰੇ ਸੋਚ ਹੀ ਰਿਹਾ ਬੰਦਾ, ਜਾਂ ਉਹਨੂੰ ਆਪਣਾ ਵੀ ਕੱਲ੍ਹ ਨੂੰ ਕੀ ਹੋਊਗਾ, ਮੇਰਾ ਖਤਮ ਹੋ ਗਿਆ, ਮੈਂ ਕਿਵੇਂ ਅਰੇਂਜ ਕਰੂੰਗਾ ਕੋਈ ਪੈਸੇ ਦਾ, ਜਾਣੀ ਕਿ ਉਹਦੇ ਕੌਂਸਟੈਂਟਲੀ 24 ਘੰਟੇ ਦਿਮਾਗ ਦੇ ਵਿੱਚ ਉਹ ਨਸ਼ਾ ਕਰਨ ਦੇ ਰਿਲੇਟਡ ਜਿਹੜੀ ਉਹ ਆਪਣਾ ਇਸ਼ੂਜ਼ ਚੱਲ ਰਹੇ ਨੇ ਆਪਣਾ ਇਹਦੀਆਂ ਆਪਣਾ। ਜਦੋਂ ਇੱਕ ਵਾਰ ਤੁਸੀਂ ਲੱਗ ਕੇ ਆਪਣਾ ਪਰਟੀਕੁਲਰ ਜਿਵੇਂ ਟੈਲਨੋਲ 3 ਕੀਤੀ ਹੈ ਤੁਸੀਂ ਗੱਲ, ਆਪਣਾ ਅਫੀਮ, ਡੋਡੇ, ਹੈਰੋਇਨ, ਆਪਣਾ ਕੋਈ ਆਕਸੀਕੋਡਨ ਹੋ ਗਈ, ਆਕਸੀਆਂ ਹੋ ਗਈਆਂ, ਆਪਣਾ ਫੈਂਟਨਲ ਹੋ ਗਈ, ਇਸੇ ਸਾਰੀਆਂ ਸੇਮ ਹੀ ਸ਼੍ਰੇਣੀ ਦੀਆਂ ਦਵਾਈਆਂ ਨੇ ਆਪਣਾ, ਜਿਹੜਾ ਚਾਹੇ ਉਹ ਕੋਈ ਕੋਈ ਥੋੜ੍ਹੀ ਘੱਟ ਸਟਰੋਂਗ ਆ, ਕੋਈ ਜ਼ਿਆਦਾ ਸਟਰੋਂਗ ਆ, ਇਹਨਾਂ ਤੋਂ ਆਪਣਾ ਜਿਹੜੀ ਫਰਾਕ ਪਾਉਣੀ ਉਹ ਆਪਦੇ ਬਸ ਦੀ ਗੱਲ ਹੈ ਨਹੀਂ ਗੀ, ਉਹਨਾਂ ਨੂੰ ਅਲਟੀਮੇਟਲੀ ਟ੍ਰੀਟਮੈਂਟ ਲੈਣੀ ਪੈਂਦੀ ਹੈ। ਟ੍ਰੀਟਮੈਂਟ ਤੋਂ ਬਿਨਾਂ ਜੇ ਉਹ ਸੋਚਣ ਆਪਦੇ ਆਪ ਕਰ ਲਾਂਗੇ ਤਾਂ ਪੋਸੀਬਲ ਨਹੀਂ। ਕਈ ਵਾਰ ਫੈਮਲੀਆਂ ਵੀ ਉਹਨਾਂ ਦਬਾਅ ਪਾਉਂਦੀਆਂ ਨੇ ਵੀ ਤਾਂ ਤੁਹਾਡੇ ਮਨ ਦੀ ਗੱਲ ਆ, ਜਦੋਂ ਮਰਜ਼ੀ ਛੱਡ ਦਿਉ ਆਪਣਾ, ਪਰ ਉਹਨਾਂ ਦੇ ਪੋਸੀਬਲ ਨਹੀਂ ਹੈਗਾ ਆਪਣਾ, ਅਤੇ ਕੁਛ ਹੱਦ ਤੱਕ ਉਹ 'ਚ ਅਸੀਂ ਐਜ਼ ਏ ਡਾਕਟਰ ਵੀ ਅਸੀਂ ਕਸੂਰਦਾਰ ਹਾਂ ਆਪਣਾ, ਜਿਹੜਾ ਹੈਗਾ ਵੀ ਜਦੋਂ ਆਪਣਾ ਪਹਿਲੀ ਵਾਰ ਪੇਸ਼ੈਂਟ ਲੈ ਰਿਹਾ ਚਾਹੇ ਉਹ ਜ਼ਬਰਦਸਤੀ ਦਬਾਅ ਪਾ ਰਿਹਾ, ਤਾਂ ਸਾਨੂੰ ਉੱਥੇ ਆਪਦਾ ਸਟੈਪ ਫੁੱਟ ਕਰਨਾ ਪੈਣਾ ਵੀ ਨਹੀਂ ਆਪਣਾ ਵੀ ਇਹ ਕੋਈ ਈਜ਼ੀ ਮੈਡੀਕੇਸ਼ਨਾਂ ਨਹੀਂ ਹੈਗੀਆਂ, ਕਿਉਂਕਿ ਇਹਦੇ ਲੌਂਗ ਟਰਮ ਕੌਨਸੀਕੁਐਂਸਿਸ ਹੋਣੇ ਨੇ। ਹਾਂ, ਜੇ ਕੋਈ ਆਲਰੇਡੀ ਉਹ ਲੈ ਰਹੇ ਨੇ ਤਾਂ ਉਹਨਾਂ ਵਾਸਤੇ ਐਵੀਨਿਊਜ਼ ਵੀ ਹੈਗੇ ਨੇ ਆਪਣਾ ਵੀ ਟ੍ਰੀਟਮੈਂਟ, ਉਹ ਜਿਹੜੀ ਕਿ ਜਿਹੜਾ ਕਿ ਸਾਡਾ ਕੰਮ ਆ, ਸਾਡੇ ਵਰਗੀਆਂ ਕਲੀਨਿਕਾਂ ਜਿਹੜੇ ਓਪਰੇਟ ਕਰਦੀਆਂ ਨੇ ਆਪਣਾ। ਦੇਖੋ ਜੀ, ਚਿੱਟਾ, ਹਾਂ, ਫੈਂਟੈਨਿਲ, ਯਾ ਮੈਰੋਵਾਨਾ, ਇਹਨਾਂ ਤਿੰਨਾਂ 'ਚੋਂ ਜਿਹੜਾ ਕਾਰਗਰ, ਜਿਹੜਾ ਸਭ ਤੋਂ ਖਤਰਨਾਕ ਨਸ਼ਾ ਜਿਹੜਾ, ਔਰ ਉਹ ਤੋਂ ਬਚਿਆ ਜਾ ਸਕਦਾ? ਹਾਂਜੀ, ਦੇਖੋ ਜਿਹੜਾ ਹੁਣ ਅੱਜ ਦੀ ਡੇਟ 'ਚ ਆਪਣਾ ਹੈਗਾ ਸਭ ਤੋਂ ਖਤਰਨਾਕ ਆਪਣਾ ਜਿਹੜਾ ਫੈਂਟੈਨਿਲ ਆ, ਠੀਕ ਹੈ, ਉਹਦਾ ਕਾਰਨ ਕੀ, ਜਿਹੜਾ ਹੁਣ ਚਿੱਟਾ ਆਪਣਾ ਚਿੱਟਾ ਹੈਰੋਇਨ ਕਹਿੰਦੇ ਨੇ, ਐਕਚੁਅਲੀ ਅੱਜ ਦੀ ਡੇਟ 'ਚ ਬਹੁਤ ਘੱਟ ਐਕਚੁਅਲ ਚਿੱਟਾ, ਜਿਹੜਾ ਚਿੱਟਾ ਵਿਕ ਰਿਹਾ ਉਹ ਐਕਚੁਅਲੀ ਫੈਂਟੈਨਿਲ ਹੀ ਵਿਕ ਰਿਹਾ। ਜਿਹੜਾ ਚਿੱਟਾ ਆਪਣਾ ਉਹ ਤੋਂ 100 ਗੁਣਾ ਜ਼ਿਆਦਾ ਘਾਤਕ ਫੈਂਟੈਨਿਲ ਆ, ਜੇ ਕਿਲੋ ਆਪਣਾ ਫੈਂਟੈਨਿਲ ਆ ਤਾਂ ਉਹ 100 ਤੋਂ 1000 ਕਿਲੋ ਹੈਰੋਇਨ ਦੇ ਬਰਾਬਰ ਆ, ਉਹਦੇ ਦਾਣਿਆਂ ਦੇ ਨਾਲ ਖੇਡਦੇ ਆ, ਦਾਣੇ ਇੱਕ ਦੋ ਇੱਧਰ ਉੱਧਰ ਹੋ ਗਏ ਬੰਦੇ ਦੀ ਮੌਤ ਹੋ ਜਾਂਦੀ, ਤਾਂ ਜਿਹੜਾ ਤਾਂ ਆਪਣਾ ਇਮੀਡੀਏਟ ਡੈਥਸ ਹੋ ਰਹੀਆਂ ਨੇ ਉਹ ਫੈਂਟੈਨਿਲ ਨਾਲ ਹੋ ਰਹੀਆਂ, ਜਿਹੜੀਆਂ ਉਹ ਕਿ ਜਾਨਾਂ ਲੋਸ ਨਹੀਂ ਹੋਣੀ ਚਾਹੀਦੀ ਸੀ ਆਪਣੇ, ਬੰਦੇ ਯੰਗ ਨੇ 20, 30, 40 ਸਾਲਾਂ ਦੇ, ਜਿਨ੍ਹਾਂ ਨੇ ਪ੍ਰੋਡਕਟਿਵ ਲਾਈਫ ਜਿਉਣੀ ਆ ਹਜੇ, ਉਹ ਆਪਣਾ ਜਦੋਂ ਤਾਂ ਬਾਕੀ ਨਸ਼ਾ ਕੋਈ ਵੀ ਆ ਆਪਣਾ ਜਿਹੜਾ ਹੈਗਾ ਵੀ ਹਰ ਨਸ਼ਾ ਖਰਾਬ ਆਪਣਾ ਕੈਨਵਸ, ਉਹਦੇ ਆਪਦੇ ਉਹ ਇਸ਼ੂਜ਼ ਨੇ। ਹਾਂ ਭਾਈ, ਜਿੱਥੇ ਆਪਾਂ ਜਾਨ ਦੀ ਗੱਲ ਕਰਦੇ ਹਾਂ ਤਾਂ ਫੈਂਟਨਲ ਹੀਰੋਇਨ ਬਹੁਤ ਜ਼ਿਆਦਾ ਘਾਤਕ ਨੇ ਕੰਪੈਰੇਟਿਵ ਕੈਨਵਸ ਦੇ ਲਈ, ਪਿੱਛੇ ਵੀ ਕਾਫੀ ਸੌਖਾ ਜਿਹਾ ਸੁਣਨ ਨੂੰ ਮਿਲਿਆ, ਦੇਖਣ ਨੂੰ ਮਿਲਿਆ ਕਿ ਬੱਚੇ ਸੁੱਤੇ ਰਹਿ ਜਾਂਦੇ ਆ, ਉਹ ਕਿਉਂ ਰਹਿ ਜਾਂਦੇ ਸੁੱਤੇ, ਮੌਤ ਕਿਉਂ ਹੋ ਜਾਂਦੀ ਹੈ? ਉਹ ਫੈਂਟਨਲ ਅਤੇ ਹੈਰੋਇਨ ਜਿੰਨੇ ਵੀ ਅਫੀਮੀ ਨਸ਼ੇ ਨੇ, ਅਫੀਮੀ ਨਸ਼ੇ ਤੁਹਾਡੇ ਜਿਹੜੇ ਦਿਮਾਗ ਦਾ ਸੈਂਟਰ ਆ, ਜਿਹੜਾ ਕੰਟਰੋਲ ਕਰਦਾ ਤੁਹਾਡੀ ਬਰੀਦਿੰਗ, ਤੁਹਾਡੀ ਆਪਣਾ ਹਾਰਟ ਰੇਟ, ਉਹਨੂੰ ਸਲੋਅ ਕਰ ਦਿੰਦੇ ਨੇ, ਤਾਂ ਉਹਨਾਂ ਦੇ ਸਾਹ ਰੁਕ ਜਾਂਦੇ ਨੇ, ਨੀਲੇ ਪੈ ਜਾਂਦੇ ਨੇ, ਉਹ ਜਿਹੜੇ ਸਾਰੇ ਉਹ ਜਿਹੜੇ ਲੱਛਣ ਨੇ ਉਹ ਆਲਮੋਸਟ ਅਫੀਮੀ ਨਸ਼ੇ ਵਾਲੇ ਨੇ, ਜਿਹੜੇ ਫੈਂਟਨਲ, ਹੈਰੋਇਨ, ਇਹਨਾਂ ਦੀਆਂ ਹੀ ਓਵਰਡੋਜ਼ਾਂ ਨਾਲ ਸੁੱਤੇ ਪੈ ਰਹਿ ਜਾਂਦੇ ਨੇ ਆਪਣਾ, ਜਦੋਂ ਜ਼ਿਆਦਾ ਡੋਜ਼ ਹੋ ਜਾਂਦੀ ਹੈ। ਠੀਕ ਹੈ, ਔਰ ਕੀ ਨਸ਼ੇ ਵਾਲਾ ਬੰਦਾ ਜਿਹੜਾ ਹੈ ਉਹ ਵਿਆਹ ਤੋਂ ਬਾਅਦ ਇੱਕ ਸੁਖਾਮੀ ਜ਼ਿੰਦਗੀ ਜੀ ਸਕਦਾ? ਰੀਪ੍ਰੋਡਕਸ਼ਨ ਜਿਹੜੀ ਹੈ, ਬੱਚੇ ਜਿਹੜੇ ਅਗਾਂਹ ਪ੍ਰੋਡਿਊਸ ਕਰਨੇ, ਉਹਦੇ 'ਤੇ ਕੀ ਅਸਰ ਹੈ? ਦੇਖੋ ਆਪਣਾ ਜਿਹੜਾ ਹੈਗਾ ਬੱਚਿਆਂ 'ਤੇ ਤਾਂ ਨਹੀਂ ਕੋਈ ਨਸੈਸਰਲੀ ਜਿਹੜਾ ਇਫੈਕਟ ਪੈਂਦਾ, ਜਿਹੜਾ ਤੁਹਾਡਾ ਜੇ ਜਿਹੜੀ ਜੈਨੈਟਿਕਸ ਆ ਵੀ ਜੇ ਹੁਣ ਮੈਨੂੰ ਕੋਈ ਮੈਡੀਕਲ ਇਸ਼ੂ ਆ ਤਾਂ ਉਹ ਮੇਰੇ ਬੱਚਿਆਂ ਨੂੰ ਰਿਸਕ ਜ਼ਿਆਦਾ ਰਹਿਣਾ, ਪਰ ਉਹ ਨੋਨ ਨਸੈਸਰਲੀ ਆਪਣਾ ਜਿਹੜਾ। ਬਾਕੀ ਇਹ ਹੈ ਵੀ ਕਈ ਚੀਜ਼ਾਂ 'ਤੇ ਇਫੈਕਟ ਪਾਉਂਦਾ, ਇੱਕ ਤਾਂ ਜਿਹੜਾ ਹੋਊਗਾ ਤੁਹਾਡਾ ਜਦੋਂ ਤੁਸੀਂ ਨਸ਼ੇ ਕਰ ਰਹੇ ਹੋ ਤੁਸੀਂ ਪਰਿਵਾਰਕ ਜ਼ਿੰਦਗੀ ਤੁਹਾਡੀ ਸੁਖਾਈ ਹੋ ਹੀ ਨਹੀਂ ਸਕਦੀ, ਕਿਉਂਕਿ ਤੁਹਾਡਾ ਜਿਹੜਾ ਫੋਕਸ ਆ ਉੱਧਰ ਆਪਣਾ, ਤੁਸੀਂ ਇੱਧਰ ਅਟੈਂਸ਼ਨ ਪਾ ਹੀ ਨਹੀਂ ਰਹੇ। ਫਿਰ ਆਪਣਾ ਹੋਰ ਚੀਜ਼ਾਂ ਜਿਵੇਂ ਜਿਹੜੇ ਮਰਦਾਨਾ ਹਾਰਮੋਨ ਨੇ ਉਹ ਦੱਬਣ ਲੱਗ ਜਾਂਦੇ ਨੇ, ਉਹ ਕਈ ਵਾਰ ਆਪਣਾ ਜਾਣੀ ਕਿ ਇਸ਼ੂਜ਼ ਆ ਸਕਦੇ ਨੇ ਬੱਚਾ ਹੋਣ 'ਚ ਜਾਂ ਹੋਰ ਆਪਣਾ, ਅਤੇ ਇਨ ਸ਼ੋਰਟ ਆਪਣਾ ਉਹ ਹਰ ਐਂਗਲ 'ਤੇ ਇਫੈਕਟ ਪਾਉਂਦਾ, ਚਾਹੇ ਉਹ ਤੁਹਾਡੀ ਪਰਿਵਾਰਕ ਲਾਈਫ ਆ, ਚਾਹੇ ਸੋਸ਼ਲ ਲਾਈਫ ਆ, ਜਿਹੜੀ ਤੁਹਾਡੀ ਕੋਈ ਆਪਣਾ ਕੰਮ ਵਾਲੀ ਲਾਈਫ ਆ, ਕਿਉਂਕਿ ਤੁਸੀਂ ਜਿਹੜਾ ਤੁਹਾਡਾ ਧਿਆਨ ਆ 24 ਘੰਟੇ ਉਹ ਇੱਧਰ ਹੀ ਰਹਿਣਾ ਆਪਣਾ। ਔਰ ਇੱਕ ਗੱਲ ਤੁਸੀਂ ਹੋਰ ਦੇਖੀ ਹੋਊਗੀ, ਲੋਕ ਇਲਾਜ ਕਰਕੇ
ਕਈ ਮਾਂ ਬਾਪ ਐਡਮਿਟ ਹੀ ਨਹੀਂ ਕਰਦੇ ਜੀ ਕਿ ਉਹਨਾਂ ਦਾ ਨਿਆਣਾ ਨਸ਼ੇ 'ਤੇ ਲੱਗਿਆ। ਹਾਂਜੀ, ਔਰ ਉਦੋਂ ਹੀ ਪਤਾ ਲੱਗਦਾ ਜਦੋਂ ਦੀ ਮੌਤ ਹੋ ਜਾਂਦੀ ਹੈ। ਇਸ ਡੂਰੇਸ਼ਨ ਨੂੰ ਦੇਖਦੇ ਹੋਏ, ਇਸ ਜਿਹੜੀ ਘਾਲਣਾ ਨੂੰ ਦੇਖਦੇ ਹੋਏ, ਤੁਸੀਂ ਸਾਈਕੈਸਟ੍ਰਿਸਟ ਹੋ, ਸਾਈਕੈਟ੍ਰਿਸਟ ਹੋ, ਤੁਸੀਂ ਕੀ ਸੁਝਾਅ ਦਿੰਦੇ? ਨਹੀਂ ਦੇਖੋ, ਇਹ ਬਹੁਤ ਵੱਡਾ ਮੁੱਦਾ ਆਪਣੀ ਕਮਿਊਨਿਟੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ ਇਹੀ ਕਾਰਨ ਆ ਵੀ ਜਿਹੜਾ ਮੈਂ ਵੀ ਕੋਈ ਐਜੂਕੇਸ਼ਨ ਦਿੰਦਾ ਜਾਂ ਹੋਰ, ਉਹ ਆਪਣੀ ਕਮਿਊਨਿਟੀ 'ਚ ਵੀ ਆਓ, ਆਪਣੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ। ਆਪਣਾ ਇਹ ਇੱਕ ਸਾਡੇ ਵਾਸਤੇ ਇੱਕ ਬਿਮਾਰੀ ਹੈ, ਇਹ ਕੋਈ ਡਿਫਰੈਂਟ ਬਿਮਾਰੀ ਨਹੀਂ, ਜਿਵੇਂ ਕੋਈ ਹਾਈਪਰਟੈਂਸ਼ਨ ਦੀ, ਡਾਇਬਟੀਜ਼ ਦੀ, ਉਵੇਂ ਟ੍ਰੀਟੇਬਲ ਆਪਣਾ ਹੈਗੀ ਹੈ। ਬਾਕੀ ਜਿਹੜੀ ਲੋਕ ਲੱਜਾ ਸ਼ਰਮ ਆ, ਉਹ ਮੌਤ ਨਾਲੋਂ ਵੱਧ ਨਹੀਂ ਹੈਗੀ, ਠੀਕ ਹੈ। ਆਪਣਾ ਜਿਹੜਾ ਉਹ ਜਿਹੜੀਆਂ ਜਿਹੜੇ ਯੰਗ ਬੰਦਿਆਂ ਦੀਆਂ ਮੌਤਾਂ ਹੋਈਆਂ ਨੇ, ਜੇ ਉਹਨਾਂ ਦੇ ਸਮੇਂ ਸਿਰ ਟ੍ਰੀਟਮੈਂਟ ਲਈ ਜਾਂਦੀ ਤਾਂ ਉਹ ਅੱਜ ਆਪਦੀ ਲਾਈਫ ਜਿਉਂ ਰਹੇ ਹੁੰਦੇ, ਪ੍ਰੋਡਕਟਿਵ ਲਾਈਫ ਜਿਉਂਦੇ। ਔਰ ਦੇਖੋ, ਤੁਸੀਂ ਬੜੇ ਬਚਨਬੰਦ ਹੋ ਪਰਿਵਾਰਾਂ ਦੇ ਨਾਲ ਸਾਡੇ, ਔਰ ਤੁਸੀਂ ਸਵੇਰਾ ਮੈਡੀਕਲ ਕਲੀਨਿਕ ਵੀ ਸ਼ੁਰੂ ਕੀਤਾ ਹੈ, ਜੋ ਕਿ ਤੁਹਾਡਾ ਆਪਦਾ ਇਨੀਸ਼ੀਏਟਿਵ ਹੈ, ਕਮਿਊਨਿਟੀ ਨੂੰ ਦੇਖਦੇ ਹੋ। ਯੈਸ, ਉਹਦੇ 'ਚ ਕੀ ਸੇਵਾਵਾਂ ਤੁਸੀਂ ਪ੍ਰਦਾਨ ਕਰਦੇ? ਸੇਵਾਵਾਂ ਦੇਖੋ, ਆਪਣਾ ਜਿਹੜਾ ਚੱਕਰ ਹੈ, ਜਿਹੜਾ ਐਡਿਕਸ਼ਨ ਵਾਲਾ, ਈਵਨ ਦਾ ਮੈਂ ਸਪੈਸ਼ਲਿਸਟ ਹਾਂ ਜੀ, ਆਪਣਾ ਐਡਿਕਸ਼ਨ ਵਾਲਿਆਂ ਵਾਸਤੇ ਮੇਰੀ ਐਕਸੈਸ ਆ ਵੀ ਉਹ ਕੋਈ ਵੀ ਮੇਰੇ ਕੋਲ ਸਿੱਧਾ ਆ ਕੇ ਦੇਖ ਸਕਦਾ, ਉਹਨੂੰ ਕੋਈ ਆਪਣਾ ਫੈਮਿਲੀ ਡਾਕਟਰ ਦੇ ਥਰੂ ਨਹੀਂ ਆਉਣਾ ਪੈਣਾ, ਕੋਈ ਹੋਰ ਨਹੀਂ ਆਉਣਾ ਪੈਣਾ, ਸਿੱਧਾ ਆ ਕੇ ਮੇਰੇ ਨਾਲ ਅਪੁਆਇੰਟਮੈਂਟ ਬਣਾ ਸਕਦਾ। ਕਿਉਂਕਿ ਕਾਰਨ ਕੀ ਹੁੰਦਾ ਵੀ ਕਈ ਵਾਰ ਜਿਹੜੀਆਂ ਅਡਿਕਸ਼ਨ ਹੁੰਦੀ ਉਹ ਨਾ ਤਾਂ ਫੈਮਿਲੀ ਡਾਕਟਰ ਨੂੰ ਪਤਾ ਹੁੰਦੇ, ਨਾ ਕਿਸੇ ਹੋਰ ਨੂੰ, ਅਸੀਂ ਉਹ ਕੋਈ ਵੀ ਉਹਨਾਂ ਦੇ ਵਿੱਚ ਬੈਰੀਅਰ ਨਹੀਂ ਰੱਖਣਾ ਚਾਹੁੰਦੇ। ਇੱਕ ਇਹ ਆ ਵੀ ਲੋਕ ਕਈ ਵਾਰ ਆਪਣੀ ਕਮਿਊਨਿਟੀ ਟ੍ਰੀਟਮੈਂਟ ਨਹੀਂ ਲੈਂਦੀ, ਕਿਉਂਕਿ ਉਹਨਾਂ ਨੂੰ ਕਾਫੀ ਭਰਮ ਦੇ ਭੁਲੇਖੇ ਨੇ, ਭਰਮ ਭੁਲੇਖੇ ਉਹਨਾਂ ਨੂੰ ਇਹ ਆ ਵੀ ਜੇ ਮੇਰੀ ਟ੍ਰੀਟਮੈਂਟ ਲੈ ਗਈ, ਮੇਰਾ ਕੋਈ ਰੈਕਡ ਖਰਾਬ ਹੋ ਜੂਗਾ, ਮੇਰੀ ਇੰਸ਼ੋਰੈਂਸ 'ਤੇ ਫਰਕ ਪੈ ਜੂਗਾ, ਮੇਰੇ ਆਪਣਾ ਕੋਈ ਮੇਰੀ ਇਮੀਗ੍ਰੇਸ਼ਨ 'ਤੇ ਫਰਕ ਪੈ ਜੂਗਾ। ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਤੁਹਾਡਾ ਹੈਲਥ ਰੈਕਡ ਹੁੰਦਾ ਉਹ ਬੜਾ ਸਿਕਿਓਰ ਐਂਡ ਕੌਨਫੀਡੈਂਸ਼ੀਅਲ ਹੁੰਦਾ, ਉਹ ਜੇ ਆਪਣਾ ਕੋਈ ਵੀ ਬੰਦਾ ਤੁਹਾਡਾ ਐਕਸੈਸ ਲੈਣਾ ਚਾਹੇ, ਕੋਈ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਨਹੀਂ ਲੈ ਸਕਦਾ, ਤੁਹਾਡੇ ਘਰ ਦੇ ਵੀ ਉਹ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਨਹੀਂ ਲੈ ਸਕਦੇ। ਜਿਹੜਾ ਵੀ ਕੁਛ ਆਪਣਾ ਹੁੰਦਾ ਉਹ ਉੱਥੇ ਕਲੀਨਿਕ ਦੇ ਵਿੱਚ ਤੁਹਾਡੇ ਅਤੇ ਆਪਣਾ ਡਾਕਟਰ ਦੇ ਵਿਚਾਲਾ, ਉਸ ਤੋਂ ਬਾਅਦ ਦੇਰ ਇਜ਼ ਨਥਿੰਗ ਐਲਸ। ਅਤੇ ਆਪਣਾ ਟ੍ਰੀਟਮੈਂਟਾਂ ਇੰਨੀਆਂ ਵਧੀਆ ਟ੍ਰੀਟਮੈਂਟਾਂ ਨੇ, ਬੰਦੇ ਬਹੁਤ ਕਾਮਯਾਬ ਹੁੰਦੇ ਨੇ ਆਪਣਾ ਜਦੋਂ ਹੈਗੇ ਨੇ, ਅਤੇ ਉਹਨਾਂ ਦੀ ਲਾਈਫ ਦੁਬਾਰਾ ਸੇਮ ਉਹ ਹੋ ਜਾਂਦੀ ਹੈ ਜਿਹੜੀ ਨਸ਼ਿਆਂ ਤੋਂ ਪਹਿਲਾਂ ਦੀ ਸੀ। ਨਹੀਂ, ਤੁਸੀਂ ਕਿਹਾ ਕਿ ਬੜਾ ਕੰਫੀਡੈਂਸ਼ੀਅਲ ਰੱਖਿਆ ਜਾਂਦਾ ਤੁਹਾਡੇ ਕਲੀਨਿਕ 'ਤੇ, ਕੋਈ ਤੁਹਾਡੇ ਫ੍ਰੀਕੁਐਂਟ ਜਿਹੜਾ ਇਲਾਜ ਕਰਨ ਆਏ ਉਹਦੀ ਕੋਈ ਵੀਡੀਓ ਬਣਾ ਦੇ, ਉਦੋਂ ਉਹਦੇ ਇੰਪਲਾਇਰ ਨੂੰ ਦੇ ਦੇ ਕਿ ਉਸ ਗੱਲ ਦਾ ਅਸਰ ਨਹੀਂ ਉਹਦੇ ਦੇ ਕਾਂਟ ਆਪਣਾ ਜਿਹੜਾ ਹੈਗਾ ਡੂ ਦੈਟ ਵਿਲ ਵੀ ਆਪਣਾ ਜਿਹੜੀ ਉਹਨਾਂ ਦੀ ਬ੍ਰੀਚ ਆਫ ਕੰਫੀਡੈਂਸ਼ੀਅਲਿਟੀ ਅਤੇ ਪ੍ਰਾਈਵੇਸੀ, ਉਹ ਤਾਂ ਜਾਣੀ ਕਿ ਚਾਰਜ ਲੱਗ ਸਕਦੇ ਨੇ ਇਹੋ ਜਿਹੇ ਬੰਦੇ 'ਤੇ ਜਿਹੜਾ ਜਿਹੜਾ ਕੋਈ ਆਹ ਜਿਹਾ ਕਰੂਗਾ। ਇਹ ਇਕੱਲੀ ਮੇਰੀ ਕਲੀਨਿਕ ਦਾ ਨਹੀਂ, ਇਹ ਕੋਈ ਵੀ ਹੈਲਥ ਕੇਅਰ ਪ੍ਰੋਫੈਸ਼ਨਲ ਆ, ਚਾਹੇ ਉਹ ਫੈਮਿਲੀ ਡਾਕਟਰ ਆ, ਚਾਹੇ ਹੋਰ ਆ, ਜਿਹੜਾ ਜਿਹੜਾ ਇਹ ਕੌਨਫੀਡੈਂਸ਼ੀਅਲਿਟੀ ਹੁੰਦੀ ਹੈ, ਹਾਇਰ ਲੈਵਲ ਦੀ ਕੌਨਫੀਡੈਂਸ਼ੀਅਲਿਟੀ ਹੁੰਦੀ ਹੈ। ਇਹ ਜਦ ਤੱਕ ਜੱਜ ਨਹੀਂ ਨਾ ਕੋਈ ਆਪਣਾ ਸਮਨ ਇਸ਼ੂ ਕਰਦਾ, ਉਦੋਂ ਤੱਕ ਜੇ ਪੁਲਿਸ ਵਾਲਾ ਜਾਂ ਕੋਈ ਹੋਰ ਜਾਂ ਇੰਪਲਾਇਰ, ਨੋਬਡੀ ਕੈਨ ਗੈਟ ਐਨੀ ਇਨਫੋਰਮੇਸ਼ਨ। ਅੱਜ ਦੀ ਤਰੀਕ 'ਚ ਸਵੇਰਾ ਮੈਡੀਕਲ ਸੈਂਟਰ 'ਚ ਕਿੰਨੇ ਜਿਹੜੇ ਪੇਸ਼ੈਂਟ ਹੈਗੇ ਉਹ ਇਲਾਜ ਕਰਾ ਰਹੇ ਨੰਬਰ? ਦੇਖੋ ਜੀ, ਆਪਣਾ ਜਿਹੜਾ ਹੈਗਾ ਮੈਨੂੰ ਹਜੇ ਆਪਣਾ ਤਿੰਨ ਨਵੰਬਰ ਦਾ ਖੋਲਿਆ ਸੀ ਅਸੀਂ, ਹੁਣ ਤੱਕ ਜਿਹੜੇ ਹੈਗੇ ਨੇ 200 ਦੇ ਕਰੀਬ ਮਰੀਜ਼ ਨੇ ਜਿਹੜੇ ਇਕੱਲੇ ਅਫੀਮੀ ਨਸ਼ਿਆਂ ਦਾ, ਠੀਕ ਹੈ। ਬਾਕੀ ਕਿਉਂਕਿ ਮੇਰਾ ਫੋਕਸ ਪੂਰੀ ਅਡਿਕਸ਼ਨ 'ਤੇ, ਇਕੱਲੀ ਅਫੀਮੀ ਦਾ ਨਹੀਂ, ਬਹੁਤ ਸ਼ਰਾਬ ਵਾਲੇ ਵੀ ਨੇ, ਬਹੁਤ ਹੋਰ ਵਾਲੇ ਵੀ ਨੇ, ਅਤੇ ਮੈਂ ਜਿਹੜੇ ਹੁਣ ਨੰਬਰ ਟਰੈਕ ਕਰ ਰਿਹਾ ਉਹ ਇਕੱਲੇ ਅਫੀਮੀ ਵਾਲਿਆਂ ਦੇ ਕਰ ਰਿਹਾ। ਆਪਣਾ ਜਿਹੜੇ ਹੈਗੇ ਜਿਹੜੇ ਹੈਰੋਇਨ ਫੈਂਟਨ, ਉਹ ਆਲਮੋਸਟ 200 ਪੇਸ਼ੈਂਟ ਨੇ ਉਹਨਾਂ 'ਚੋਂ ਕਿੰਨੇ ਕੁ ਠੀਕ ਹੋ ਚੁੱਕੇ? ਦੇਖੋ, ਜਿਹੜਾ ਆਪਣਾ ਕੋਈ ਵੀ ਜਦੋਂ ਸਾਡੀ ਕਲੀਨਿਕ 'ਤੇ ਆ ਗਿਆ, ਮੇਰੀ ਕਲੀਨਿਕ 'ਤੇ ਆ ਗਿਆ, ਕਿਸੇ ਵੀ ਆਪਣਾ ਟ੍ਰੀਟਮੈਂਟ ਫੈਸਿਲਿਟੀ 'ਤੇ ਚਲੇ ਗਏ, ਜਦੋਂ ਉਹਨਾਂ ਨੇ ਪੈਰ ਰੱਖ ਲਿਆ ਤਾਂ 50% ਤਾਂ ਕਾਮਯਾਬ ਹੋਣਾ ਹੀ ਹੋਣਾ, ਠੀਕ ਹੈ। ਇੱਕ ਚੀਜ਼ ਆਪਣੀ, ਜੇ ਆਪਣੀ ਕਮਿਊਨਿਟੀ 'ਚ ਕੁਛ ਖਾਮੀਆਂ ਨੇ, ਆਪਣੀ ਕਮਿਊਨਿਟੀ 'ਚ ਕੁਛ ਵਧੀਆ ਚੀਜ਼ ਵੀ ਆ। ਵਧੀਆ ਚੀਜ਼ ਇਹ ਹੈ ਵੀ ਜਦੋਂ ਇਹ ਪੇਸ਼ੈਂਟ ਆਉਂਦੇ ਨੇ ਆਪਣੇ ਵਾਲੀ ਕਮਿਊਨਿਟੀ ਦੇ ਵਿੱਚ, ਸਕਸੈਸ ਰੇਟ ਜ਼ਿਆਦਾ, ਉਹਦੇ ਕਾਰਨ ਨਹੀਂ ਕੁਛ, ਕਾਰਨ ਇਹ ਆ ਵੀ ਇਹਨਾਂ ਦੇ ਕੋਲ ਮੋਸਟਲੀ ਇਹਨਾਂ ਕੋਲ ਫੈਮਿਲੀ ਸਪੋਰਟ, ਕੰਮ ਕਰ ਰਹੇ ਨੇ, ਆਪਣਾ ਇਹਨਾਂ ਕੋਲ ਘਰ ਵੀ ਨੇ, ਅਤੇ ਆਲਮੋਸਟ ਜ਼ਿਆਦਾਤਰ ਕੇਸਾਂ ਦੇ ਵਿੱਚ ਉਹਨਾਂ 'ਚ ਘਰੇ ਕੋਈ ਹੋਰ ਨਸ਼ਾ ਵੀ ਨਹੀਂ ਕਰਦਾ। ਸੋ ਇਹਨਾਂ ਨੂੰ ਬਹੁਤ ਈਜ਼ੀ ਆ, ਆਪਣਾ ਇਹਨਾਂ ਦੇ ਸਕਸੈਸ ਇਜ਼ ਮੱਚ ਬੈਟਰ ਕੰਪੇਅਰਡ ਵਿਦ ਕੋਈ ਮੇਨ ਸਟ੍ਰੀਮ ਕਮਿਊਨਿਟੀ ਆ। ਹੁਣ ਕੰਮ ਵੀ ਨਹੀਂ ਹੈਗਾ, ਫੈਮਿਲੀ ਵੀ ਨਹੀਂ ਹੈਗੀ, ਅਤੇ ਉਹਨਾਂ ਨੇ ਜਦੋਂ ਜਾਣਾ ਵਾਪਸ ਦੋਸਤ ਮਿੱਤਰ ਆਲੇ ਦੁਆਲੇ ਯੂਜ਼ ਕਰ ਰਹੇ ਨੇ, ਉਹਨਾਂ ਵਾਸਤੇ ਬਹੁਤ ਔਖਾ ਆਪਣਾ। ਅਤੇ ਜਦੋਂ ਤੁਸੀਂ ਕਿੰਨੇ ਕੁ ਸਮੇਂ 'ਚ ਬੰਦਾ ਜਿਹੜਾ ਨਸ਼ਿਆਂ ਤੋਂ ਹਟ ਜਾਂਦਾ ਦਵਾਈ ਲੈ? ਦੇਖੋ, ਆਪਣਾ ਜਿਹੜਾ ਹੈਗਾ ਦਵਾਈਆਂ ਦੇ ਨਾਲ ਆਪਣਾ ਹਰ ਇੱਕ ਦੀ ਡਿਫਰੈਂਟ ਜਰਨੀ ਆ। ਆਪਣਾ ਕੋਈ ਬੰਦਾ ਆਪਣਾ ਜਦੋਂ ਆਉਂਦਾ ਉਦੋਂ ਬਾਅਦ ਕਦੇ ਦੁਬਾਰਾ ਨਹੀਂ ਯੂਜ਼ ਕਰਦਾ, ਕੁਛ ਬੰਦਾ ਥੋੜ੍ਹਾ ਇਨੀਸ਼ੀਅਲੀ ਸਟਰਗਲ ਕਰਦਾ ਆਪਣਾ ਜਿਹੜਾ ਹੈਗਾ, ਉਦੋਂ ਬਾਅਦ ਠੀਕ ਹੋ ਜਾਂਦਾ। ਯਾਨੀ ਕਿ ਹਰ ਇੱਕ ਦੀ ਡਿਫਰੈਂਟ ਜਰਨੀ ਆ, ਅਤੇ ਇਹ 'ਚ ਮੈਡੀਕੇਸ਼ਨ ਆ ਜਿਹੜੇ ਉਹ ਇੱਕ ਚੀਜ਼ ਆ, ਇੱਕ ਰੋਲ ਆ, ਠੀਕ ਹੈ। ਮੈਡੀਕੇਸ਼ਨ ਤੋਂ ਬਿਨਾਂ ਹੋਰ ਇਹ ਆ ਵੀ ਆਪਣਾ ਉਹ ਸਟ੍ਰੈਸ ਨੂੰ ਕਿਵੇਂ ਹੈਂਡਲ ਕਰਦਾ, ਉਹ ਆਪਣਾ ਕੋਈ ਜਿਹੜਾ ਵਿਹਲਪੁਣੇ ਨੂੰ ਕਿਵੇਂ ਹੈਂਡਲ ਕਰਦਾ, ਉਹ ਆਪਦੇ ਆਲੇ ਦੁਆਲੇ ਜਿੱਥੇ ਉਹਦੇ ਟ੍ਰੈਗਰ ਨੇ, ਕੋਈ ਦੋਸਤ ਆ, ਕੋਈ ਮਿੱਤਰ ਆ, ਕੋਈ ਜਗ੍ਹਾ, ਕੋਈ ਹੋਰ ਆਪਣਾ ਕੋਈ ਪੈਸੇ ਆ ਗਏ ਜਦੋਂ ਇੱਕਦਮ ਸਾਡੇ ਲਈ,
ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਦਾ, ਜਿੰਨੀਆਂ ਚੀਜ਼ਾਂ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਹੈਂਡਲ ਕਰਦਾ ਉਹਨਾਂ ਉਹਦਾ ਸਕਸੈਸ ਰੇਟ ਬੈਟਰ ਹੋਣਾ। ਠੀਕ ਹੈ, ਤੁਹਾਡਾ ਇਹ ਵੀ ਕੋਈ ਐਕਸਪੀਰੀਅੰਸ ਹੈ ਕਿ ਨਸ਼ਿਆਂ ਤੋਂ ਹਟ ਕੇ ਦੁਬਾਰਾ ਫਿਰ ਲੱਗ ਜੇ? ਦੇਖੋ ਇਹ ਤਾਂ ਕਾਮਨ ਆਪਣਾ ਜਿਹੜਾ ਹੈਗਾ, ਇਟਸ ਆਪਣਾ ਜਿਹੜਾ ਨਸ਼ਾ ਜਿਹੜਾ ਹੈਗਾ ਨਾ, ਜਦੋਂ ਅਡਿਕਸ਼ਨ ਆ, ਅਡਿਕਸ਼ਨ ਨੂੰ ਅਸੀਂ ਟ੍ਰੀਟ ਕਰਦੇ ਹਾਂ ਇੱਕ ਕਰੋਨਿਕ ਡਿਜ਼ੀਜ਼ ਦੇ ਤੌਰ 'ਤੇ। ਕਰੋਨਿਕ ਦੀ ਪਰਿਭਾਸ਼ਾ ਹੁੰਦੀ ਹੈ ਵੀ ਜਿਹੜੇ ਲੰਬਾ ਸਮਾਂ ਰਹਿੰਦਾ, ਵੀ ਕੋਈ ਅਕਿਊਟ ਨਹੀਂ, ਜਿਵੇਂ ਹਾਈਪਰਟੈਂਸ਼ਨ ਹੋ ਗਿਆ, ਡਾਇਬਟੀਜ਼ ਹੋ ਗਿਆ, ਉਹਨਾਂ ਨੂੰ ਕਦੇ ਕਿਓਰ ਨਹੀਂ ਕੀਤਾ ਜਾਂਦਾ, ਉਹਨੂੰ ਮੈਨੇਜ ਕੀਤਾ ਜਾਂਦਾ। ਜੇ ਸੋਚੇ ਵੀ ਬੰਦਾ ਕੋਈ ਮੈਨੂੰ ਪਹਿਲਾਂ ਨਸ਼ਿਆਂ ਦੀ ਪ੍ਰੋਬਲਮ ਸੀ ਵੀ ਮੈਂ ਹੁਣ ਕਦੇ ਕਦਾਈ ਲਵਾ ਲਿਆ ਕਰਾਂ, ਇਹ ਭੁਲੇਖਾ ਅਤੇ ਭਰਮ ਆ ਆਪਣਾ, ਉਹਨੂੰ ਉਹਦੇ ਵਾਸਤੇ ਰਸਤਾ ਇਹੀ ਹੈ ਵੀ ਉਹ ਕਦੇ ਵੀ ਟੱਚ ਨਾ ਕਰੇ ਦੁਬਾਰਾ। ਅਤੇ ਵੈਸੇ ਜ਼ਿੰਦਗੀ 'ਚ ਐਂ ਵੀ ਹੁੰਦਾ ਕਿ ਕਈ ਸਾਲ ਹਟਣ ਤੋਂ ਬਾਅਦ ਫਿਰ ਬੰਦਾ ਲੱਗੇ? ਹਾਂਜੀ, ਬਹੁਤ ਬਹੁਤ ਵਾਰ ਹੁੰਦਾ ਆਪਣਾ ਜਿਹੜਾ ਹੈ, ਇਸੇ ਕਰਕੇ ਜਿਹੜਾ ਹੈਗਾ ਵੀ ਇਸੇ ਕਰਕੇ ਜਿਹੜੀ ਇੰਗੇਜਮੈਂਟ ਆ ਮੈਡੀਕਲ ਪ੍ਰੋਫੈਸ਼ਨਲ ਨਾਲ, ਆਪਣਾ ਕੋਈ ਕਾਉਂਸਲਰ ਨੇ, ਕੋਈ ਫੈਮਿਲੀ ਦੇ ਵਿੱਚ ਆਪਣਾ ਜਿਹੜਾ ਹੈਗਾ ਉਹ, ਦੈਟ ਇਜ਼ ਵੈਰੀ ਇੰਪੋਰਟੈਂਟ। ਅਤੇ ਜ਼ਿਆਦਾਤਰ ਰੀਜ਼ਨ ਜਿਹੜਾ ਹੈਗਾ ਦੁਬਾਰਾ ਲੱਗਣ ਦਾ ਸਟ੍ਰੈਸ ਹੁੰਦਾ, ਸਟ੍ਰੈਸ ਉਹਨਾਂ ਤੋਂ ਹੈਂਡਲ ਨਹੀਂ ਹੁੰਦੀ। ਅਤੇ ਦੇਖੋ ਆਪਾਂ ਡਾਇਬਟੀਜ਼ ਦੀ ਜ਼ਿੰਦਗੀ ਭਰ ਖਾਣੇ, ਬਲੱਡ ਪ੍ਰੈਸ਼ਰ ਦੀ, ਇੱਦਾਂ ਨਸ਼ਿਆਂ ਦੀ ਗੋਲੀ ਜ਼ਿੰਦਗੀ ਭਰ ਖਾਣੀ ਕੋਈ? ਹੋ ਸਕਦਾ ਕਈ ਬੰਦੇ ਆਪਣਾ ਜਿਹੜੇ ਜ਼ਿੰਦਗੀ ਭਰ ਖਾ ਲੈਂਦੇ ਨੇ, ਕਈ ਵਾਰ ਹੁਣ 20-30 ਸਾਲਾਂ ਤੋਂ ਉਹਨਾਂ ਨੇ, ਕਿਉਂਕਿ ਇੱਕ ਦੋ ਵਾਰ ਟਰਾਈ ਕੀਤੀ, ਜਦੋਂ ਟਰਾਈ ਉਹਨਾਂ ਨੇ ਛੱਡਿਆ ਅਤੇ ਦੇ ਰੀਲੈਪਸ ਉਹਨਾਂ ਦੀ ਜ਼ਿੰਦਗੀ। ਜੇ ਉਹਨਾਂ ਦੀ ਹੁਣ ਜ਼ਿੰਦਗੀ ਆਪਣਾ ਬੈਟਰ ਚੱਲ ਰਹੀ ਹੈ, ਜੇ ਬਲੱਡ ਪ੍ਰੈਸ਼ਰ ਦੀ ਤੁਸੀਂ ਮੈਡੀਕੇਸ਼ਨ ਲੈ ਰਹੇ ਹੋ ਸਵੇਰੇ, ਉਹ ਕੋਈ ਤੁਹਾਨੂੰ ਕੋਈ ਖਰਾਬ ਨਹੀਂ ਕਰ ਰਹੀ, ਉਵੇਂ ਇਹ ਦਵਾਈ ਲੈ ਰਹੇ ਹੋ, ਤੁਹਾਡੀ ਲਾਈਫ ਸਟੇਬਲ ਮੂਵ ਹੋ ਰਹੀ ਆ, ਕੋਈ ਤੁਹਾਨੂੰ ਇਹਦੇ ਕੋਈ ਵਿਘਨ ਨਹੀਂ ਪੈ ਰਿਹਾ ਲਾਈਫ 'ਚ, ਵਾਈ ਨੋਟ ਆਪਣੇ? ਅਤੇ ਇਹਨਾਂ ਦੇ ਕੋਈ ਸਾਈਡ ਇਫੈਕਟ? ਦੇਖੋ ਸਾਈਡ ਇਫੈਕਟ ਆ, ਕੋਈ ਵੀ ਮੈਡੀਕੇਸ਼ਨ ਹੁੰਦੀ ਜਿਹੜੀ, ਉਹਦੇ ਐਵਰੀ ਮੈਡੀਕੇਸ਼ਨ ਦੇ ਕੋਈ ਸਾਈਡ ਇਫੈਕਟ ਹੁੰਦਾ। ਜੇ ਤੁਹਾਨੂੰ ਤੁਸੀਂ ਟੈਰਨੋਲ ਐਡਵੇਜ ਵੀ ਲੈਂਦੇ ਹੋ, ਉਹਦੇ ਵੀ 50 ਸਾਈਡ ਇਫੈਕਟ ਨੇ। ਜਦੋਂ ਆਪਣਾ ਮੈਡੀਕੇਸ਼ਨ ਦਿੰਦੇ ਹਾਂ ਆਪਾਂ, ਉਹਦੇ ਆਪਾਂ ਹਮੇਸ਼ਾ ਦੇਖਣਾ ਵੀ ਇਹਦੇ ਨਫੇ ਕੀ ਨੇ ਅਤੇ ਨੁਕਸਾਨ ਕੀ ਨੇ। ਠੀਕ ਹੈ, ਜਦੋਂ ਨਫੇ ਜ਼ਿਆਦਾ ਨੇ, ਨੁਕਸਾਨ ਘੱਟ ਨੇ, ਦੈਨ ਇਟਸ ਬੈਟਰ। ਜਿੱਥੇ ਨੁਕਸਾਨ ਜ਼ਿਆਦਾ ਹੋਵੇ, ਨਫੇ ਘੱਟ ਹੋਵੇ, ਉੱਥੇ ਦੈਟ ਇਜ਼ ਬੈਡ ਆਪਣਾ। ਕਿੱਦਾਂ ਦੇ ਸਾਈਡ ਇਫੈਕਟ? ਹਾਂ ਦੇਖੋ, ਡਿਪੈਂਡ ਕਰਦਾ ਕਿਹੜੇ ਨਸ਼ੇ ਬਾਰੇ ਆਪਾਂ ਕਿਹੜੀ ਦਵਾਈ ਦੇ ਰਹੇ ਹਾਂ। ਠੀਕ ਹੈ, ਹੁਣ ਜਿਵੇਂ ਅਫੀਮੀ ਨਸ਼ਿਆਂ ਦੀ ਜਿਹੜੀ ਹੈਗੀ ਆ, ਉਹਨਾਂ ਦੀ ਮੇਨ ਸਟੇਜ ਜਿਹੜੀ ਦਵਾਈ ਆ, ਉਹ 2 ਜਾਂ 3 ਤਰ੍ਹਾਂ ਦੀ ਆਪਣਾ ਉਹ ਹੈਗੀ ਆ, ਮੈਥਨੋਨ ਆ, ਸਬੋਕਸਨ ਆ, ਆਪਣਾ ਸਲੋ ਰਿਲੀਜ਼ ਓਰਲ ਮੋਰਫੀਨ ਕਹਿੰਦੇ ਆ ਆਪਣਾ, ਉਹ ਐਕਚੁਲੀ ਹੈਗੀ ਅਫੀਮੀ ਦਵਾਈ ਵਾ। ਠੀਕ ਹੈ, ਪਰ ਉਹ ਤੁਹਾਨੂੰ ਆਪਣਾ 24 ਘੰਟੇ ਸਟੇਬਲ ਰੱਖਦੀ, ਉਹ ਉੱਪਰ ਥੱਲੇ ਨਹੀਂ ਕਰਦੀ। ਤੁਸੀਂ ਯੂ ਟੇਕ ਇਟ ਮੈਡੀਕੇਸ਼ਨ, ਯੂ ਫੀਲ ਨੋਰਮਲ ਡਿਊਰਿੰਗ ਦਾ ਹੋਲਡੇ, ਅਤੇ ਤੁਹਾਡਾ ਜਿਹੜਾ ਮਨ ਪ੍ਰੀ ਓਕੂਪਾਈਡ ਨਹੀਂ ਹੈਗਾ, ਮੈਂ ਆਹ ਕਰਨਾ ਉਹ ਕਰਨਾ, ਯੂ ਕੈਨ ਫੰਕਸ਼ਨ ਆਪਣਾ ਜਿਹੜਾ ਹੈਗਾ। ਹਾਂ, ਜਿਵੇਂ ਤੁਹਾਡਾ ਕੋਈ ਉਦਾਹਰਣ ਦੇਣੀ ਹੋਵੇ ਡਾਇਬਟੀਜ਼ ਵਾਲਾ, ਉਹਨੇ ਇੰਸੂਲਿਨ ਲੈਣੀ ਆ, ਇੰਸੂਲਿਨ ਲੈ ਕੇ ਹੀ ਕੈਨ ਮੂਵ ਇਨ ਆਪਣਾ। ਦਿਸ ਇਜ਼ ਐਗਜੈਕਟਲੀ ਵਾਟ ਇਟ ਇਜ਼। ਬੜੀ ਲਾਹੇਵੰਦ ਅੱਜ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਸਾਡੇ ਜਿੰਨੇ ਵੀ ਵਿਊਅਰਸ ਕੈਨੇਡਾ 'ਚ ਬੈਠੇ ਹੈ ਔਰ ਤੁਹਾਨੂੰ ਦੇਖ ਰਿਹਾ ਹਾਰਮਨੀ ਟੀਵੀ ਰਾਹੀਂ। ਤੁਹਾਡਾ ਜਾਣ ਤੋਂ ਪਹਿਲੇ ਕੀ ਉਹਨਾਂ ਲਈ ਮੈਸੇਜ? ਦੇਖੋ, ਜਾਣ ਤੋਂ ਪਹਿਲਾਂ ਮੈਸੇਜ ਇਹੀ ਹੈ ਵੀ ਆਪਣਾ ਇਹਨਾਂ ਦੀਆਂ ਟ੍ਰੀਟਮੈਂਟਸ ਬਹੁਤ ਅਵੇਲੇਬਲ ਨੇ ਅਤੇ ਈਜ਼ਲੀ ਅਵੇਲੇਬਲ ਨੇ। ਕਈ ਵਾਰ ਮੈਂ ਪੰਜਾਬੀ ਕਮਿਊਨਿਟੀ 'ਚ ਆਇਆ, ਉਹ ਟ੍ਰੀਟਮੈਂਟਾਂ ਲੈਣ ਇੰਡੀਆ ਜਾਂਦੇ ਨੇ, ਜਿੱਥੇ ਪੈਸੇ ਦੇ ਕੇ ਉਹ ਟ੍ਰੀਟਮੈਂਟ ਸੈਂਟਰਾਂ ਦੇ ਵਿੱਚ ਰਹਿੰਦੇ ਨੇ। ਪਹਿਲਾ ਸਟੈਪ ਆ ਤੁਹਾਡਾ, ਤੁਸੀਂ ਇੱਥੇ ਜਿਹੜੇ ਲੋਕਲ ਅਡਿਕਸ਼ਨ ਟ੍ਰੀਟਮੈਂਟ ਸੈਂਟਰ ਨੇ, ਕਲੀਨਿਕਸ ਨੇ, ਉਹਨਾਂ ਨੂੰ ਕੰਟੈਕਟ ਕਰੋ, ਆਪਣੇ ਫੈਮਿਲੀ ਡਾਕਟਰ ਦੇ ਥਰੂ ਕੰਟੈਕਟ ਕਰੋ, ਅਤੇ ਆਪਣਾ ਇਹ ਤੁਹਾਡਾ ਸਕਸੈਸ ਰੇਟ ਬਹੁਤ ਵਧੀਆ ਇਹਨਾਂ ਟ੍ਰੀਟਮੈਂਟਾਂ ਨਾਲ। ਪਹਿਲਾ ਸਟੈਪ ਆ ਆਪਣਾ ਆਸਕ ਫੋਰ ਹੈਲਪ ਆਪਣਾ ਜਿਹੜਾ ਹੈਗਾ, ਅਤੇ ਹੈਲਪ ਇਜ਼ ਅਵੇਲੇਬਲ। ਅਤੇ ਜਿਹੜਾ ਸ਼ਰਮ ਆ, ਸ਼ਰਮ ਦੇ ਵਿੱਚ ਨਾ ਰਹੋ, ਇਹ ਇਟਸ ਡਿਜ਼ੀਜ਼ ਆਪਣਾ, ਇਹ ਆਪਦੇ ਹੱਥ ਵੱਸ ਨਹੀਂ ਹੈਗੀ ਬੰਦੇ ਦੇ, ਉਹ ਬੰਦਾ ਆਪਦੇ ਆਪ ਜੇ ਕੰਟਰੋਲ ਕਰਨਾ ਹੁੰਦਾ ਤਾਂ ਕਰ ਲੈਂਦਾ ਆਪਣਾ। ਜਸਟ ਗੈਟ ਆਊਟ ਐਂਡ ਗੈਟ ਹੈਲਪ ਆਪਣਾ। ਬਹੁਤ ਧੰਨਵਾਦ ਡਾਕਟਰ ਸਾਹਿਬ।